ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਭ ਠਾਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਨ ਔਰ ਮੈਨੂੰ ਨਹੀਂ ਪਤਾ ਕਿ ਇਹ ਕਿੱਥੋਂ ਆਏ ਸਨ ਲੇਕਿਨ ਉਹ ਘਰ ਦੇ ਵਿੱਚ ਜਿਸ ਤਰ੍ਹਾਂ ਕੋਈ ਵੱਡਾ ਵਡੇਰਾ ਹੁੰਦਾ ਜਿਹਦਾ ਆਸਰਾ ਹੁੰਦਾ ਇਸੇ ਤਰ੍ਹਾਂ ਸਾਰੇ ਟ੍ਰੀਟ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਕਿ ਕੋਈ ਕੰਮ ਕਰਨਾ ਹੋਏ ਤਾਂ ਅਰਦਾਸ ਕਰੋ ਕੋਈ ਮੁਸੀਬਤ ਆ ਜਾਏ ਅਰਦਾਸ ਕਰੋ ਫਿਰ ਪਾਰਟੀਸ਼ਨ ਹੋ ਗਈ ਸ਼ਿਮਲੇ ਸਾਹ ਜਦੋਂ ਪਾਕਿਸਤਾਨ ਬਣ ਗਿਆ ਔਰ ਲਾਹੌਰ ਪਾਕਿਸਤਾਨ ਵਿੱਚ ਚਲਾ ਗਿਆ ਤਾਂ ਮੇਰੇ ਪਿਤਾ ਜੀ ਨੇ ਕਿਹਾ ਕਿ ਮੈਂ ਤਾਂ ਜ਼ਰੂਰ ਵਾਪਸ ਜਾਣਾ ਹੈ ਕਿਉਂਕਿ ਮੇਰੇ ਮਾਂ ਪਿਓ ਵੀ ਉੱਥੇ ਨੇ ਔਰ ਗੁਰੂ ਗ੍ਰੰਥ ਸਾਹਿਬ ਵੀ ਉੱਥੇ ਨੇ ਅਤੇ ਮੈਂ ਤਾਂ ਨਹੀਂ ਛੱਡ ਸਕਦਾ ਲੋਕਾਂ ਦੇ ਹੱਥਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਔਰ ਅੰਮ੍ਰਿਤਸਰ ਫਿਰ 6-7 ਦਿਨਾਂ ਦੇ ਵਿੱਚ ਤਰਲੇ ਕਰ ਕਰਕੇ ਲੋਕਾਂ ਦੇ ਜਿਹੜੇ ਮਿਲਟਰੀ ਆਉਂਦੀ ਜਾਂਦੀ ਸੀ ਉਹਦੇ ਤਰਲੇ ਕਰ ਕਰਕੇ ਉਹ ਲਾਹੌਰ ਪਹੁੰਚੇ ਅਤੇ ਫਿਰ ਮੇਰੇ ਪਿਤਾ ਜੀ ਨੇ ਕਿਹਾ ਕਿ ਤੂੰ ਮੇਰੀ ਕੋਈ ਬਹੁਤ ਹੀ ਕੀਮਤੀ ਚੀਜ਼ ਲਿਆ ਸਕਣਾ ਉਹਨੇ ਕਿਹਾ ਜੇ ਸੋਨਾ ਹੋਵੇ ਪੈਸੇ ਨਾ ਹੋਣ ਤਾਂ ਲਿਆ ਸਕਣਾ ਉਹਨਾਂ ਕਿਹਾ ਨਹੀਂ ਗੁਰੂ ਗ੍ਰੰਥ ਸਾਹਿਬ ਮੈਨੂੰ ਚਾਹੀਦਾ ਉਹਨਾਂ ਦੀ ਬੇਅਦਬੀ ਨਾ ਹੋਏ ਅਤੇ ਉਹ ਜਿਹੜਾ ਉਹਨਾਂ ਦਾ ਆਦਮੀ ਸੀ ਉਹ ਚੱਦਰ ਵਿੱਚ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਟਾਂਗੇ ਵਿੱਚ ਰੱਖ ਕੇ ਉਹ ਲੈ ਆਇਆ ਰੈਫਿਊਜੀ ਕੈਂਪ ਵਿੱਚ ਜਿੱਥੇ ਮੇਰੇ ਪਿਤਾ ਜੀ ਔਰ ਮੇਰੇ ਦਾਦਾ ਦਾਦੀ ਸੀ ਬਸ ਉਹਨਾਂ ਜਿਸ ਵੇਲੇ ਉਹਨਾਂ ਦੇ ਆ ਕੇ ਹਵਾਲੇ ਕਰ ਦਿੱਤਾ ਰੈਫਿਊਜੀ ਕੈਂਪ ਵਿੱਚ ਅਤੇ ਮੇਰੇ ਪਿਤਾ ਜੀ ਨੇ ਸਿਰ 'ਤੇ ਚੁੱਕ ਲਏ ਔਰ ਕਿਹਾ ਕਿ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਤੁਸੀਂ ਮੇਰੀ ਮੋਸਟ ਪ੍ਰੈਸ਼ਸ ਚੀਜ਼ ਤੁਸੀਂ ਮੈਨੂੰ ਦੇ ਦਿੱਤੀ ਹੈ ਤੁਹਾਡਾ ਬਹੁਤ ਸ਼ੁਕਰੀਆ ਸੋ ਗੁਰੂ ਗ੍ਰੰਥ ਸਾਹਿਬ ਲੈ ਕੇ ਆ ਗਏ ਜਲੰਧਰ ਸਾਡੇ ਵੱਡੇ ਵਡੇਰੇ ਸਾਡੇ ਕੋਲ ਆ ਗਏ ਅਤੇ ਇਹਨਾਂ ਦੀ ਛਾਂ ਵਿੱਚ ਹੀ ਜੋ ਕੋਈ ਤਕਲੀਫ ਹੋਏ ਇਹਨਾਂ ਨੂੰ ਆ ਕੇ ਕਹੀਦਾ ਦੰਦ ਦੁੱਖਦਾ ਹੋਏ ਇਹਨਾਂ ਨੂੰ ਆ ਕੇ ਕਹੀਦਾ ਦੰਦ ਦੁੱਖ ਰਿਹਾ ਬਾਬਾ ਜੀ ਤੋ
It is a relationship of this like whatever day on the Kada. With the Nalja Sanda Rishta on the Osita Rishta, Guru Granth Sahib Nal. Relationship, human relationship. Unanda Sangi, thank you, Karangi. It is the Guru Granth Sahib as known to the world. But how does it become the Guru? It is a Granth, because it has the anthology of 36 contributors who have shared their divine experiences for humanity. There are multiple languages. It's from different regions. We have six gurus in there. Guru is someone who takes you from darkness to light. But in Sikh thought, Guru is also perfection. Granth can be studied, we can learn it. As I would say, divine poetry, we can study it linguistically, we can study it in the grammar form. Then the Sahib comes in. But who is your Sahib? And Bani tells us, Sahib Mera Neet Nava Sada Sada Datar. My Sahib is ever fresh, forever and ever eternal. So this is the Sahib who a Sikh owes their allegiance to. Once the Sikh has surrendered to the Guru, and that is the Guru Granth Sahib. Oh, lay gurbani, satgur mere amrit zar nu ja rahe si. Raste de vich lakhan loki chuk chuk sis nivar rahe si. Oh, ore si kadiyal khadkda naale chhidkan paani nu. Nange pairi satgur mere chaur karan gurbani nu. Kadiyan paroyan baani turo aayi nu. ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਨੇ ਮਤਲਬ ਇਹ ਸਹੀ ਦਿੱਤੀ ਕਿ ਤੁਸੀਂ ਕੋਈ ਨਵੀਂ ਲਿਪੀ ਬਣਾਓ ਜਿਹੜੀ ਲੋਕਾਂ ਨੂੰ ਆਸਾਨੀ ਹੋਵੇ ਸਮਝਣ ਦੇ ਵਿੱਚ, ਲੋਕ ਉਹਨੂੰ ਗੁਰਬਾਣੀ ਨੂੰ ਪੜ੍ਹ ਸਕਣ, ਲਿਖ ਸਕਣ। ਅਤੇ ਗੁਰੂ ਅੰਗਦ ਦੇਵ ਜੀ ਨੇ ਉੱਥੇ ਖਡੂਰ ਸਾਹਿਬ ਲੈ ਕੇ ਇਹ ਗੁਰਮੁਖੀ ਜਿਹੜੀ ਲਿਪੀ ਇਜਾਦ ਕੀਤੀ। ਗੁਰੂ ਅਰਜਨ ਦੇਵ ਜੀ ਨੇ ਫਿਰ ਇਹ ਸਾਰੀਆਂ ਹੋਰ ਜਿਹੜੀਆਂ ਲਿਪੀਆਂ ਸੀ, ਜਿਹੜੀਆਂ ਹੋਰ ਭਗਤਾਂ ਦੀਆਂ ਜਾਂ ਸੂਫੀ ਸੰਤਾਂ ਦੀਆਂ ਜਿਹੜੀਆਂ ਹੋਰ ਭਾਸ਼ਾਵਾਂ 'ਚ ਲਿਖੀਆਂ ਸੀ, ਉਹਨਾਂ ਨੂੰ ਫਿਰ ਗੁਰਮੁਖੀ ਦੇ ਵਿੱਚ ਮਤਲਬ ਕਨਵਰਟ ਕਰਕੇ ਸਾਰਾ ਉਹਨੂੰ ਫਿਰ ਭਾਈ ਗੁਰਦਾਸ ਜੀ ਤੋਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਜਿਹੜੀ ਉਹ ਆਪ ਲਿਖਵਾਈ ਉਹਨਾਂ ਨੇ ਬੀੜ। ਵੱਖ ਵੱਖ ਜਿਹੜੀਆਂ ਭੱਟਾਂ ਦੀਆਂ ਬਾਣੀਆਂ ਜਾਂ ਭਗਤਾਂ ਦੀਆਂ ਬਾਣੀਆਂ ਪੂਰੇ ਮਤਲਬ ਵੱਖ ਵੱਖ ਪ੍ਰਾਂਤਾਂ ਤੋਂ ਗੁਰੂ ਸਾਹਿਬ ਨੇ ਇਕੱਠੇ ਕੀਤੇ ਸੀ। ਉਹ ਮਤਲਬ ਇਹ ਨਹੀਂ ਚਾਹੁੰਦੇ ਸੀ ਕਿ ਇਹ ਇੱਕ ਪਰਟੀਕੁਲਰ ਕਮਿਊਨਿਟੀ ਦੇ ਨਾਲ ਹੀ ਬਣ ਕੇ ਰਹਿ ਜਾਵੇ। ਉਹਨਾਂ ਨੇ ਫਿਰ ਸਾਰੇ ਮਤਲਬ ਆਲ ਓਵਰ ਜਿੰਨੇ ਵੀ ਹੈਗੇ ਸੀ ਵੱਖ ਵੱਖ ਪ੍ਰਾਂਤਾਂ ਦੇ, ਵੱਖ ਵੱਖ ਭਾਸ਼ਾਵਾਂ ਦੇ, ਉਹ ਇਹਦੇ ਵਿੱਚ ਇਕੱਠੇ ਕੀਤੇ ਸਾਰੇ ਕਿ ਤਾਂ ਕਿ ਇਹ ਸਰਵ ਧਰਮ ਇੱਕ ਤਰ੍ਹਾਂ ਦੀ ਜਿਹੜਾ ਵਾ ਗ੍ਰੰਥ ਇੱਕ ਬਣ ਸਕੇ ਜਿਹਨੂੰ ਹਰ ਧਰਮ ਵਾਲੇ ਸਤਿਕਾਰ ਦੇਣ।
When Guru Nanak Sahib said, there is no Hindu, there is no Muslim, he experienced something. And this is the message that he wanted to share. So guess who he takes with him? Bhai Mardana. And with that rabab, they could travel around the world. South Asia, Middle East, they go on these four incredible udasis, their journeys. What was it that the first Pacha wanted to share with humanity? He walked to spread this message of oneness. He goes to the Siddhas and he talks to them. This is not the way you need to be. Come, the world is burning. Come and be here. He goes to Tibet. He's the Lama there. Nanak Lama, they call him. He's enlightened. He changes the thought process. He goes to Baghdad. He goes to Mecca. He goes to Medina. And everywhere he went, he would say, Mardana, play the rabab, for Bani is coming. It's coming from somewhere within. It's like a download. And he's singing it.
ਗੁਰੂ ਨਾਨਕ ਦੇਵ ਜੀ ਹੋਏ, ਉਹਨਾਂ ਦੇ ਨਾਲ ਮਰਦਾਨਾ ਜੀ ਹੈ। ਉਹ ਜਿਹੜਾ ਮਰਦਾਨਾ ਜੀ ਉਹ ਰਬਾਬ ਕਰਦੇ ਨੇ, ਰਬਾਬ ਸੁਣਾਉਂਦੇ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਨੂੰ, ਅਤੇ ਉਹਨਾਂ ਦਾ ਰੂਹ ਖੁਸ਼ ਕਰਦੇ ਹੁੰਦੇ ਸੀਗੇ ਰਬਾਬ ਸੁਣਾ ਕੇ। ਅਤੇ ਉਹ ਹਜ਼ਰਤ ਆਸਾ ਅਤੇ ਕਾਸਾ, ਉਹਦੀ ਔਲਾਦ ਤੁਰੀ ਹੋ ਰਹੀ ਆ ਹਜ਼ਰਤ ਆਸਾ ਅਤੇ ਕਾਸਾ ਦੀ। ਸੱਤਾ ਬੁਲਾਉਂਦਾ ਮਰਦਾਨਾ ਜੀ, ਇਹ ਅਸੀਂ ਉਹਦੀ ਮਰਦਾਨੇ ਦੀ ਔਲਾਦ ਮਰਾਸੀ ਮੂੰਹ ਰਾਸੀ ਕਿ ਜਾਣੇ ਕਿ ਇਹਨਾਂ ਦੇ ਮੂੰਹ ਦੇ ਵਿੱਚ ਰਾਸ ਹੁੰਦਾ, ਜਿਹੜਾ ਗੁਣ ਦਿੱਤਾ ਖੁਦਾ ਨੇ ਕਿ ਇਹ ਸ਼ਬਦ ਗਾਉਣ 'ਤੇ ਐਸਾ ਰਸ ਵਾਲਾ, ਜੇ ਕੁਆਲੀ ਗਾਉਣ 'ਤੇ ਰਸ ਵਾਲੀ, ਹਾਂਜੀ ਜੇ ਕੋਈ ਗਜ਼ਲ ਗਾਉਣ ਗੀਤ ਗਾਉਣ 'ਤੇ ਰਸ ਇਹਨਾਂ ਦੇ ਵਿੱਚ, ਮੇ ਰਾਸੀ ਮੇਰ ਤਾਂ ਕਰਕੇ ਆਖਿਆ ਗਿਆ ਮਰਾਸੀ, ਅਸੀਂ ਮਰਦਾਨੇ ਦੀ ਔਲਾਦ ਹੁੰਦੇ। ਸੰਗੀਤ ਇਹ ਸਾਡਾ ਜੀ ਮਤਲਬ ਵਿਰਸੇ ਦੇ ਵਿੱਚੋਂ ਹੀ ਆ, ਪਹਿਲਾ ਵਿਰਸਾ ਜੋ ਮਰਦਾਨਾ ਜੀ ਦਾ ਉਹ ਤੁਰਿਆ ਆ ਰਿਹਾ, ਸਾਡਾ ਸੰਗੀਤ ਤਾਂ ਉਹਨਾਂ ਨਾਲ ਚੱਲਦਾ ਆ ਰਿਹਾ ਸਾਡਾ। ਫਿਰ ਸਾਡਾ ਯਾਨੀ ਕਿ ਜੋ ਬੱਚਾ ਜਦੋਂ ਪੈਦਾ ਹੁੰਦਾ ਸਾਡਾ ਮਰਾਸੀਆਂ ਦੇ ਘਰ, ਉਹਦੇ ਅਸੀਂ ਕੰਨ ਦੇ ਵਿੱਚ ਤਾਨ ਮਾਰਦੇ ਹਾਂ ਕਿ ਜਾਲਾ ਇਹ ਵੀ ਗਾਉਣ ਡੈ ਪਏ, ਉਹ ਫਿਰ ਉਹਨੂੰ ਧੁਰੋਂ ਵਿਰਸੇ ਤੋਂ ਹੀ ਉਹਨੂੰ ਫਿਰ ਉਹਨੂੰ ਮਤਲਬ ਗਾਇਕੀ ਦਾ ਜਿਹੜੇ ਇਹਨੇ ਲੱਗਣੇ ਆ ਉਹਨੂੰ, ਫਿਰ ਬੱਚਾ ਜਿਹੜਾ ਸਾਡਾ ਬੱਚਾ ਜੰਮਦਾ ਵੀ ਉਹਨੂੰ ਫਿਰ ਲਗਨ ਹੋ ਜਾਂਦੀ ਉਹ ਗਾਉਂਦਾ, ਚਾਹੇ ਤਬਲਾ ਵਜਾਏਗਾ ਗਾਏਗਾ ਸਾਰੇ ਕੰਮ ਕਰੇ, ਸਿਰਫ ਗਾਉਣ ਵਜਾਉਣ ਦਾ ਹੋਰ ਕੋਈ ਕੰਮ ਨਹੀਂ ਅਸੀਂ ਕਰਦੇ। ਇੱਕ ਦੁਨੀਆਂ ਦਾ ਇੱਕੋ ਇੱਕ ਗ੍ਰੰਥ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜੋ ਰਾਗ ਦੇ ਅਧੀਨ ਹੈ, ਇਹ ਸਾਰੇ ਹੀ ਰਾਗਾਂ ਵਿੱਚ ਮਿਲਦਾ, 31 ਰਾਗ, 31 ਉਪ ਰਾਗ ਅਤੇ 62 ਰਾਗ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਪਿੱਛੇ ਰੱਖਿਆ ਹੈ ਅਤੇ ਰਾਗ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਇਸ ਗੱਲ ਦੀ, ਹਰ ਰਾਗ ਤੋਂ ਪਹਿਲਾਂ, ਹਰ ਸ਼ਬਦ ਤੋਂ ਪਹਿਲਾਂ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਭਾਵ ਰਾਗ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੇ। ਸੰਧਿਆ ਪ੍ਰਕਾਸ਼ ਦਾ ਸਮਾਂ, ਉਸ ਵਿੱਚ ਪ੍ਰਭਾਤੀ ਰਾਗ, ਉਸੇ ਪ੍ਰਭਾਤੀ ਰਾਗ ਦੇ ਵਿੱਚ ਸ਼ਬਦ ਗਾਏ ਜਾਂਦੇ ਆ ਜਿਵੇਂ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਸਕੇਰਾ, ਜਿਵੇਂ ਨਵਾਜ਼ ਪੜ੍ਹੀ ਜਾਂਦੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਸ਼ਬਦ ਪਾਵਨ ਸ਼ਬਦ ਪ੍ਰਭਾਤੀ ਰਾਗ ਦੇ ਵਿੱਚ। ਇੱਕ ਲੋਕ ਸ਼ੈਲੀ ਸੀ ਪੁਰਾਣੀ ਆਪਣੇ ਪੰਜਾਬ ਦੀ, ਉਸ ਤੋਂ ਤਲੰਗ ਰਾਗ ਬਣਿਆ, ਧਨਾਸਰੀ ਰਾਗ ਜਿਵੇਂ ਸਾਧ ਸਨਾਤਨੀ ਰਾਗ ਹੈਗਾ, ਇਹਨਾਂ ਦੇ ਅਧੀਨ ਗੁਰੂ ਪਾਤਸ਼ਾਹ ਇੱਕ ਧਨਾਸਰੀ ਰਾਗ ਦੇ ਵਿੱਚ ਜਿਵੇਂ ਕਹਿ ਲਈਏ ਕਿ ਅੰਦਰ ਨੂੰ ਖੋਜਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਘੱਟ ਹੀ ਖੋਜੋ ਭਾਈ ਕਾਹਿਰੇ ਨਰ ਕਾਹਿਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਕਿ ਪਰਮਾਤਮਾ ਤੇਰੇ ਅੰਦਰ ਹੀ ਵੱਸਦਾ ਹੈ ਤੂੰ ਕਿਉਂ ਬਾਹਰ ਭਟਕਦਾ ਫਿਰਦਾ ਹੈ, ਜਿਵੇਂ ਫੁੱਲਾਂ ਵਿੱਚ ਸੁਗੰਧੀ ਵੱਸਦੀ ਗੁਰੂ ਪਾਤਸ਼ਾਹ ਕਹਿੰਦੇ, ਜਿਵੇਂ ਸ਼ੀਸ਼ੇ ਵਿੱਚ ਪਰਛਾਈ ਵੱਸਦੀ ਉਵੇਂ ਤੇਰੇ ਅੰਦਰ ਪਰਮਾਤਮਾ ਵੱਸਦਾ ਹੈ ਤੂੰ ਬਾਹਰ ਕਿਉਂ ਭਟਕਦਾ ਫਿਰਦਾ ਹੈ, ਤੂੰ ਆਪਣੇ ਅੰਦਰ ਨੂੰ ਖੋਜ। Our old village was Fatehabad, which was the next village of Gondwal Sahib. Our ancestors were fortunate to be blessed with the Kirtan. I would say Kirtan is a complete nourishment for the human body and soul and emotions. Kirtaniyas are the ones who sing Gurbani in the musical measures, rhythmic measures recommended by Guru Sahib. So they do Kirtan in rags and tal, and Shabad is one is which is the actual substance which you are transmitting, and music is only a presentation tool, just a plate where you are serving the Shabad. Purkh mein nar, nar mein purkha. A blend of music with Shabad is something which requires a discipline that makes sure that music doesn't overshadow or doesn't under any circumstances go above the Shabad. The example they gave was, you know, when you pick a child, sometimes you make him sit on your shoulders. Always make sure the Shabad is sitting on the shoulders of Rag. That whatever you do, Shabad always remains above the music.
पंच मिले गुर भाई नानक तिनके सद बलिहारी जिन एक शब्द लिवलाई जिन एक शब्द लिवलाई जिन एक शब्द ਨਹੀਂ ਮੈਂ ਜਾਣਾ ਜੋਗੀ ਦੇ ਨਾਲ ਨਾ ਨਾ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ ਉਹ ਕੀਰਤਨ ਮੂਸਲਾਧਾਰ ਬਾਰਸ ਹੈ ਬੰਜਰ ਖੇਤ ਦੀ ਤਰ੍ਹਾਂ ਜਿਹੜੇ ਹਿਰਦੇ ਜਾਂ ਜਿਹੜੇ ਸਰੀਰ ਗੁਰਬਾਣੀ ਦੇ ਵਾਕਬ ਨਹੀਂ ਹਨ ਜਾਣਕਾਰ ਨੇ ਉਹਨਾਂ ਨੂੰ ਉਹਦੇ ਬਹੁਤਾ ਪ੍ਰਾਪਤ ਨਹੀਂ ਹੁੰਦਾ ਲੇਕਿਨ ਜੋ ਕਥਾ ਹੈ ਕਥਾ ਜੋ ਝੜੀ ਲੱਗਦੀ ਹੈ ਨਾ ਆਹਿਸਤਾ ਆਹਿਸਤਾ ਬਾਰਿਸ਼ ਬਰਸਦੀ ਹੈ ਉਸ ਤਰ੍ਹਾਂ ਦੀ ਕਥਾ ਜਿਹੜੀ ਹੈ ਉਹ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਹੜਾ ਹੈ ਅਖੰਡ ਪਾਠ ਦੇ ਭੋਗ ਤੋਂ ਬਾਅਦ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਤੋਂ ਕਥਾ ਸ਼ੁਰੂ ਹੁੰਦੀ ਹੈ ਅਤੇ ਉਸ ਨੂੰ ਘੰਟਾ ਡੇਢ ਘੰਟਾ ਜਿਤਨਾ ਸਮਾਂ ਨਿਸ਼ਚਿਤ ਹੈ ਉਸ ਅਨੁਸਾਰ ਇੱਕ ਜਾਂ ਦੋ ਸ਼ਬਦ ਕਥਾ ਹੁੰਦੀ ਜਾਂਦੀ ਹੈ ਕਈ ਸਾਲ 'ਚ ਉਹਦਾ ਭੋਗ ਪੈਂਦਾ ਹੈ ਤਕਰੀਬਨ 3 ਸਾਲ ਲੱਗਦੇ ਉਸ ਨੂੰ ਲੜੀਵਾਰ ਕਥਾ ਹੁੰਦੀ ਹੈ ਇਹਦਾ ਮਤਲਬ ਹੈ ਵੀ ਉਸ ਗੱਲ ਨੂੰ ਵਿਚਾਰ ਵਿਚਾਰ ਕੇ ਵਾਰ ਵਾਰ ਉਸ ਨੂੰ ਮਨ ਦੇ ਅੰਦਰ ਵਿਚਾਰ ਵਿਚਾਰ ਕੇ ਇਹ ਅਸਲ ਇਸ਼ਨਾਨ ਆਤਮਕ ਇਸ਼ਨਾਨ ਹੈ ਉਹ ਤੀਰਥ ਜਿਹੜਾ ਹੈ ਸਰੀਰਕ ਇਸ਼ਨਾਨ ਹੈ ਅਤੇ ਇਹ ਜਿਹੜੀ ਵਿਚਾਰ ਹੈ ਇਹ ਆਤਮਾ ਦਾ ਇਸ਼ਨਾਨ ਹੁੰਦਾ ਹੈ ਅੰਤਰਵਸਾ ਪਿਓ ਪੁੱਤਰ ਜਿਵੇਂ ਪੁੱਤਰ ਦੇ ਵਿੱਚੋਂ ਪਿਓ ਦੀ ਪੈਦਾਇਸ਼ ਮੰਨੀ ਗਈ ਹੈ ਇਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਜੋ ਬਾਪ ਰੂਪ ਹੈ ਔਰ ਗਿਆਨ ਜਿਹੜਾ ਹੈ ਉਹ ਪੁੱਤਰ ਰੂਪ ਹੈ ਇਹ ਭਾਵ ਸਾਰਾ ਸਟੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭਾਵ ਸਣੇ ਅਰਥਾਂ ਦੇ ਬਾਣੀ ਇਹਨਾਂ ਸਾਰੀਆਂ ਪੋਥੀਆਂ ਦੇ ਵਿੱਚ ਆ ਜਾਂਦੀ ਗੁਰੂ ਗ੍ਰੰਥ ਸਾਹਿਬ ਸੇਵਾ ਕਰੇ ਸੋ ਚਾਕਰ ਹੋਏ ਅੰਗਦ ਦੇਵ ਜੀ ਮਹਾਰਾਜ ਨੇ 35 ਅੱਖਰ ਜਿਹੜੇ ਬਣਾਏ ਉਹਨੂੰ ਗੁਰਮੁਖੀ ਕਹਿੰਦੇ ਹੈ ਲੇਕਿਨ ਭਾਸ਼ਾਵਾਂ ਸਾਰੀਆਂ ਹੀ ਵਰਤੀਆਂ ਉਹਦੇ 'ਚ ਲਿਪੀ ਗੁਰਮੁਖੀ ਹੈ ਅੱਖਰ ਗੁਰਮੁਖੀ ਦੇ ਹੈ ਇਸ ਦੇ ਵਿੱਚ ਪੰਜਾਬੀ ਵੀ ਹੈ ਹਿੰਦੀ ਵੀ ਹੈ ਫਾਰਸੀ ਵੀ ਹੈ ਸੰਸਕ੍ਰਿਤੀ ਵੀ ਹੈ ਯਾਨੀ ਹਿੰਦੁਸਤਾਨ ਦੀਆਂ ਭਾਸ਼ਾ ਜਿਹੜੀਆਂ ਮੁੱਖ ਭਾਸ਼ਾਵਾਂ ਹੈ ਇਹ 3-4 ਆ ਜਾਂਦੀਆਂ ਧਰਮ ਜਿਹੜਾ ਹੈ ਇਹ ਤੋਂ ਵੈਸੇ ਤੋਂ ਜੋੜਦਾ ਹੈ ਕੋਈ ਧਰਮ ਦੀ ਕੋਈ ਪੁਸਤਕ ਲੈ ਲਓ ਸੁਣ ਕੇ ਵੀ ਬਾਈ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ੍ਹਾ ਪੁੱਜੋ ਕੌਣ ਭੁੱਲੇ ਕੋ ਬੰਦੇ ਕੋਈ ਗ੍ਰੰਥ ਕਿਸੇ ਦਾ ਲੈ ਲਓ ਉਹ ਮਿਲਾਪ ਦੀ ਗੱਲ ਕਹੇਗਾ 500 ਈਅਰਸ ਓਲਡ ਇਟਸ ਵੈਰੀ ਨਿਊ ਇਟਸ ਵੈਰੀ ਰੈਵੋਲੂਸ਼ਨਰੀ ਯੂ ਹੈਵ ਇਟ ਇਨ ਦ ਫੈਮਿਨਿਨ ਵੋਇਸ ਯੂ ਹੈਵ ਦ ਭਗਤਸ ਹੂ ਨੋਬਡੀ ਵੁੱਡ ਟੱਚ You have the Sufi voice, which Granth has that? And what was the criteria? The one, the oneness, the Ikyunkar idea. There's only one. You're the Jyot, experience the one. We have Bhagat Ravidas Ji, who was a tanner. We have Bhagat Kabir Ji, who was a weaver. We have Baba Farid Ji, who was a Sufi mystic. Farida kale mende kapde kala mende ve ਪਰਿਆ ਮੈਂ
लोक कहे दुर्वेश, लोक कहे दुर्वेश। And so when we bow before the Guru Granth Sahib, who are we bowing to? We have all these people who nobody even touched, and look at their status, which Guru Arjan Sahib has given them, because they have experienced the One. They believed in the formless One, and that is probably why their verses, their thoughts, their divine experiences are part of the Guru Granth Sahib. Because the Guru Granth Sahib believes in Ik Onkar, there is one, only one universal being, light, force, but there is one. And that one is in everyone. So it is Sabme Jyot, Jyot Hai Soi, the light is in all, and that light is the same. You find Bani from different people, from different fields, different time frames, different castes, different regions, but they all have one message. And Guru Nanak's message, Guru Arjan Dev Ji's message, Baba Farid's message are exactly the same. Doesn't it really make us think, different people living on this earth at a different time, in different geographical locations, how can they think same thing? And there's one thing I common I find in all these Bhagats, is that they have not gone to any teacher, they have not gone to any university, they have not gone to any pandit or a scholar to learn. They haven't gone to anyone because they were from the lower caste, so nobody was ready to teach them. So they all meditated and the wisdom came to them with meditation, and the wisdom taken from there has to be one. Because truth jo hai wo ek hi hota hai, truth ke alag alag version nahi hote. Guru Granth Sahib sare sansar da jo sanji walta da prateek hai, ਇਹਦੇ ਵਿੱਚ ਕੋਈ ਭਿੰਨ ਭੇਦ ਭਾਵ, ਕੋਈ ਜਾਤ ਊਚ ਨੀਚ ਦਾ ਕੋਈ ਵਖਰੇਵਾ ਨਹੀਂ ਹੈਗਾ। ਸਾਂਝ ਕੀਚੇ ਗੁਣਾਂ ਕੇਰੀ ਛੋੜ ਅਗੁਣ ਚੱਲੀਏ, ਇੱਥੇ ਗੁਣਾਂ ਦੀ ਸਾਂਝ ਕੀਤੀ ਗਈ ਆ ਵੀ ਜਿਹਦੇ ਵਿੱਚ ਗੁਣ ਹੈਗਾ ਉਹ ਭਾਵੇਂ ਕਿਸੇ ਵੀ ਜਾਤੀ ਦਾ, ਕਿਸੇ ਵੀ ਕੌਮ ਦਾ ਵਾ, ਕਿਸੇ ਵੀ ਉਹ ਮਜ਼ਹਬ ਦਾ ਵਾ, ਕਿਸੇ ਵੀ ਦੇਸ਼ ਦਾ ਹੈਗਾ, ਉਹਦੇ ਬਾਅਦ ਸਾਰਾ ਕੁਝ ਨਿਰੰਕਾਰ ਦੀ ਦਰਗਾਹ ਦੇ ਵਿੱਚ ਉਹੋ ਹੀ ਪ੍ਰਵਾਨ ਆ ਜਿਹੜੇ ਕਿ ਅੱਛੇ ਗੁਣ ਹੋਣ। ਅੱਛੇ ਗੁਣਾਂ ਨੂੰ ਉਹਦਾ ਉੱਥੇ ਮੁੱਲ ਪੈਣਾ, ਬਾਕੀ ਦਾ ਅਸੀਂ ਜੋ ਮਰਜ਼ੀ ਲਿਬਾਸ ਪਾ ਲਈਏ, ਜੋ ਮਰਜ਼ੀ ਅਸੀਂ ਮਤਲਬ ਕਰਮ ਕਾਂਡ ਕਰ ਲਈਏ, ਜੋ ਮਰਜ਼ੀ ਅਸੀਂ ਕਿਸੇ ਦਿਨ ਕਰ ਲਈਏ, ਅਸਲੀ ਜੋ ਮਨ ਦੀ ਅਵਸਥਾ ਉਹਦੇ ਵਿੱਚ ਗੁਰਬਾਣੀ ਦੇ ਵਿੱਚ ਬਹੁਤ ਹੀ ਡੀਪਲੀ ਮਹਾਰਾਜ ਨੇ ਸਾਨੂੰ ਵਿਸਤਾਰ ਦੇ ਨਾਲ ਦੱਸੀ ਆ। ਮੋਹਿਤ ਤਾਰੇ ਆ
पल जाइए ऐसे गुर को पल पल जाइए नारायण अपने आप नू ये नहीं समझना कि मैं सेवा कर लगा तो मैं मतलब कि अपने आप नू नीचा करके अपने आप नू भावना जी मतलब मार के कि मैं बहुत वड्डा हैगा मेरे को बहुत माया हैगी मेरे को बहुत धन हैगा मेरे को बहुत गड्डियां हैगियां बहुत बिजनेस हैगा वो सारे नू अपने आप नू वो छड़ के एक सेवा भावना नाल सेवा की जाती है You have to relate with something which we already know. So there are some relations like a child related to his parents or her parents, like a friend to a friend, like a beggar to a giver, like a protected to the protector. Similarly, wife to the husband. So these are all relations which are already experienced by us. So Maharaj uses these as metaphors to relate to Akal Purkh, to relate to Almighty Paramatma. Iyo singar milan ke tai kiyo singar. तो वो जो सेपरेशन है दैट इज व्हाट इज एक्सप्रेस्ड इन दिस शब्द गुरु चेंजेस द पैराडाइम गुरु हैज ऑलवेज चेंज द पैराडाइम वट एवर वॉज प्रिवेलिंग एट दैट टाइम गुरु इंट्रोड्यूसेस अ न्यू एलिमेंट टू इट एंड शिफ्ट्स द कॉन्शियसनेस रेजेस द कॉन्शियसनेस व्हाट गुरु इज सेइंग इज ब्रेकिंग द मेल होल्ड ऑन डिविनिटी इट इज नॉट अबाउट मैन इट इज नॉट अबाउट वुमन Because in Bani, we are all females and the Khasam is the one, is the Ikkyunkar. And our journey is that longing which is very unique and that longing has been told in the female voice. Because the woman is the creator. She is the one who gives birth. She longs, she nurtures, she knows how to love. सो क्यों बंदा आखियां जित जम मेरा जान सो क्यों बंदा आखियां जित जम मेरा जान सो क्यों बंदा आखियां जित जम मेरा पंड जमिए पंड निमिए पंड मंगण में आओ पंड हो वे दोस्ती पंड चले राहो पंड मुआ पंड पालिए पंड हो वे बंदान सो क्यों मंदा आखिए जित जमे जो गुरबाणी है वो साड़ी जो आत्मा ना उहदी फराक है जो साड़ा इतिहास है वो शरीर है जो ढाडी गाउंदे जिदां कि संगत विच जोश भर ला
ਇਹ ਜੋ ਢਾਡੀ ਰਾਗ ਹੈ ਇਹ ਜਸੀਲਾ ਰਾਗ ਹੈ। ਇਹ ਜਸੀਲਾ ਰਾਗ ਫਿਰ ਇਹ ਸੰਗਤਾਂ ਦੇ ਫਿਰ ਰੌਂਗਟੇ ਖੜ੍ਹੇ ਕਰ ਜਾਂਦਾ, ਅਸੀਂ ਵਾਰਾਂ ਬੋਲਦੇ ਹਾਂ, ਹਾਂ ਜਜ਼ਬਾ ਪੈਦਾ ਹੁੰਦਾ। ਸਾਜ ਨੂੰ ਪ੍ਰਧਾਨਗੀ ਤਾਂ ਹੀ ਦਿੱਤੀ ਗਈ ਹੈ ਵੀ ਇਹਦੇ ਨਾਲ ਜਦ ਆਪਾਂ ਗਾਇਨ ਕਰਦੇ ਹਾਂ ਤਾਂ ਸਾਜ ਵੱਜਦਾ। ਸਾਡੀ ਜੋ ਰੂਹ ਹੈ, ਜੋ ਸਾਡਾ ਦਿਲ ਹੈ, ਦਿਮਾਗ ਹੈ ਸਾਡਾ, ਉਹ ਪਰਮਾਤਮਾ ਨਾਲ ਜੁੜਦਾ। ਇੱਕ ਸੰਗੀਤ ਕਲਾ ਹੀ ਇੱਦਾਂ ਦੀ, ਇਹ ਮੋਹਿਆਂ ਵਿੱਚ ਜਾਨ ਪਾ ਦਿੰਦੀ ਹੈ। ਇਸ ਕਰਕੇ ਜ਼ਿਆਦਾ ਮਹੱਤਤਾ ਕੀਰਤਨ ਦੀ ਸਾਡੇ ਸਿੱਖ ਧਰਮ ਵਿੱਚ। ਬਾਬਾ ਬੁੱਲੇ ਸ਼ਾਹ ਜੀ ਇੱਕ ਵਾਰੀ ਦਰਬਾਰ ਸਾਹਿਬ ਚਲੇ ਗਏ ਸ੍ਰੀ ਅੰਮ੍ਰਿਤਸਰ। ਇੱਕ ਉੱਥੇ ਦੋਹਰਾ ਲਿਖਿਆ ਜੀ, ਇੱਟ ਖੜੱਕੇ ਦੁੱਕੜ ਵੱਜੇ ਨਾਲੇ ਤਾਪੇ ਚੁੱਲ੍ਹਾ, ਇਹਨੀ ਗੱਲੀ ਮੇਰਾ ਰੱਬ ਰਾਜੀ ਅਤੇ ਨਾਲੇ ਰਾਜੀ ਬੁੱਲਾ। ਉਹ ਕਹਿੰਦਾ ਵੀ ਇੱਥੇ ਤਾਂ ਕਾਰ ਸੇਵਾ ਵੀ ਚੱਲ ਰਹੀ ਹੈ, ਅੰਦਰ ਕੜਾਹ ਮਿਲ ਰਿਹਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰੀ 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 ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰੀ ਸੋ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਵਿੱਚ ਬਹੁਤ ਹੀ ਸੰਖੇਪ, ਬਹੁਤ ਬਰੀਕੀ ਦੇ ਨਾਲ ਜੀਵਨ ਜਾਂਚ ਸਾਨੂੰ ਸਮਝਾਈ ਆ। ਜਿਵੇਂ ਬਲਿਹਾਰੀ ਕੁਦਰਤ ਵਸਿਆ, ਜਿਹੜਾ ਇਨਵਾਇਰਮੈਂਟ ਸਾਫ਼ ਸੁਥਰਾ ਵਾਤਾਵਰਨ ਆ, ਇਹ ਕੁਦਰਤ ਨੇ ਇਹ ਪਰਮਿਸ਼ਨ ਦਿੱਤਾ, ਕਿਉਂਕਿ ਦੋ ਚੀਜ਼ਾਂ ਸੰਸਾਰ ਦੇ ਵਿੱਚ ਕਦੀ ਵੀ ਨਹੀਂ ਪ੍ਰਾਪਤ ਹੋ ਸਕਦੀਆਂ, ਮਿਲ ਨਹੀਂ ਸਕਦੀਆਂ। ਇਹ ਕੁਦਰਤ ਦੇ ਦੋ ਅਮੁੱਲੇ ਖਜ਼ਾਨੇ ਨੇ, ਇੱਕ ਹਵਾ ਅਤੇ ਇੱਕ ਪਾਣੀ। ਇਹ ਜੀਵ ਦੀ ਸੋਚ ਤੋਂ ਉੱਪਰ ਦਾ ਕੰਮ ਹੈ। ਕੋਈ ਜੀਵ ਨੂੰ ਅੱਜ ਦੇ ਕੋਈ ਐਸਾ ਕਾਰਖਾਨਾ ਨਹੀਂ ਲਾ ਸਕਿਆ ਵੀ ਮੈਂ ਪਾਣੀ ਦੀ ਲਾ ਕੇ ਅਤੇ ਪਾਣੀ ਮੈਂ ਤਿਆਰ ਕਰ ਲਾਂ, ਦੁੱਧ, ਘਿਓ, ਮੱਖਣ, 36 ਪਦਾਰਥ ਬੰਦੇ ਤਿਆਰ ਕਰ ਲਏ, ਪਰ ਪਾਣੀ ਨਹੀਂ ਕਿਸੇ ਕੋਲ ਤਿਆਰ ਹੋਇਆ ਅਤੇ ਨਾ ਹਵਾ ਕਿਸੇ ਕੋਲ ਤਿਆਰ ਹੋਈ ਆ। ਮੇਰਾ ਮਨ ਲੋਚੇ ਗੁਰ ਦਰਸ਼ਨ ਪਾਏ, ਮਾਈ ਮਾਈਂਡ ਇਜ਼ ਪਾਈਨਿੰਗ ਫੋਰ ਯੂ। ਇਟ ਇਜ਼ ਲਾਈਕ ਐਸ ਐਸ ਦਸੀ ਐਸ ਅ ਚਾਤ੍ਰਿਕ। ਨਾ ਚਾਤ੍ਰਿਕ ਇਜ਼ ਅ ਬਰਡ ਵਿਚ ਦ ਪੋਇਟ ਸੇ describe as she will not drink water which is on the ground, she waits for the rain water and then she drinks it. And just like that, I am waiting for that drop. There is great yearning, trikhana buje shant na aaye, there's no peace because the pining is so intense. ਚਾਤ੍ਰਿਕ ਦੁੱਖ ਪਾ ਚਾਤ੍ਰਿਕ
ਦਰਸ਼ਨ ਕਰਕੇ ਜਦੋਂ ਡਿਕਲੇਅਰ ਕਰਤਾ ਬਿਰਧ ਹੋ ਗਏ ਜੀ, ਜਿਹੜੀ ਕਿ ਗੁਰਮਤਿ ਅਨੁਕੂਲ ਪ੍ਰਵਾਨਿਤ ਸੇਵਾ ਬਣ ਗਈ ਸਾਡੀ ਸੇਵਾ ਨੂੰ ਜੀ, ਸ਼ੁਰੂ ਫਿਰ ਉਸ ਤਰ੍ਹਾਂ ਅਗਰ ਭੇਟ ਹੋ ਜਾਂਦੀ ਹੈ, ਇਹ ਸੰਗਤੀ ਰੂਪ ਵਿੱਚ ਹੁੰਦੀ ਹੈ। ਆਪਣੂੰ ਇਕੱਤਰ ਕਰਕੇ ਵਿਆਸਾ ਦਰਬਾਰ ਸਤਲੁਜ ਦਰਿਆ ਇਸ ਤਰ੍ਹਾਂ ਅਸੀਂ ਜਲ ਪ੍ਰਵਾਹ ਕਰ ਦਿੱਤਾ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ, ਹਾਜ਼ਰ ਨਾਜ਼ਰ ਪਿਤਾ, ਇਹ ਸਾਰੇ ਉਹਨਾਂ ਦੇ ਬੱਚੇ ਆ। ਇਹ ਜਿੰਨੇ ਭਗਤ ਜਨ ਹਨ ਉਹਨਾਂ ਦੀ ਬਾਣੀ ਆ। ਰਾਮ ਜੀ, ਬ੍ਰਹਮਾ ਜੀ ਤੋਂ ਲੈ ਕੇ, ਕ੍ਰਿਸ਼ਨ ਮਹਾਰਾਜ ਤੋਂ ਲੈ ਕੇ, ਸ਼ਿਵਜੀ ਮਹਾਰਾਜ ਤੋਂ ਲੈ ਕੇ, ਅੱਲਾ ਤੋਂ ਲੈ ਕੇ, ਵਾਹਿਗੁਰੂ ਤੋਂ ਲੈ ਕੇ, ਸਭਨਾਂ ਦੀ ਇੱਕੋ ਜੋਤ, ਇੱਕੋ ਸ਼ਬਦ। ਮੈਨੂੰ ਜਿਹੜੀ ਗੁਰਮਤਿ ਦੀ ਲਾਗ ਹੈ ਉਹ ਘਰ ਦੇ ਵਿੱਚੋਂ ਲੱਗੀ ਹੈ। ਪਿਤਾ ਜੀ ਭਾਵੇਂ ਕਿ ਕਿਸੇ ਖਾਸ ਜਗ੍ਹਾ ਦੇ ਉੱਤੇ ਜਾ ਕੇ ਨਹੀਂ ਪੜ੍ਹੇ, ਪਰ ਸੀਨੇ ਬਸੀਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ, ਗੁਣੀ ਵਿਦਵਾਨਾਂ ਦੀ ਸੰਗਤ ਕੀਤੀ ਹੈ, ਅਤੇ ਬਹੁਤ ਸਾਰੇ ਬਚਨ ਜਿਹੜੇ ਕਿਸੇ ਗ੍ਰੰਥ ਦੇ ਵਿੱਚੋਂ ਲਿਖੇ ਨਹੀਂ ਮਿਲਦੇ, ਉਹ ਇਹਨਾਂ ਨੇ ਸੀਨੇ ਬਸੀਨੇ ਬਚਨ ਜਿਹੜੇ ਨੇ ਉਹ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਸਤਨਾਮ। ਇਹ ਜੀ ਕਥਾ ਦਾ ਜਿਹੜਾ
ਤਰੀਕਾ ਹੈ ਵੈਸੇ ਤਾਂ ਇੱਕ ਹੈ ਪਰ ਜਿੱਥੇ ਹੁਣ ਸੋਚ ਸਮਝ ਵਿਅਕਤੀਆਂ ਦੀ ਵੱਖ ਵੱਖ ਹੁੰਦੀ ਹੈ ਉੱਥੇ ਇਗਜ਼ਾਮਪਲਾਂ ਵੀ ਜਿਹੜੀਆਂ ਨੇ ਉਹ ਵੱਖ ਵੱਖ ਦੇਣੀਆਂ ਪੈਂਦੀਆਂ ਨੇ ਉਹਦਾ ਕਾਰਨ ਹੈ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਿਸੇ ਕਿਰਸਾਨ ਨੂੰ ਸੰਬੋਧਨ ਕਰਦੇ ਨੇ ਅਤੇ ਉੱਥੇ ਬਾਣੀ ਦਾ ਬਚਨ ਵਰਤਿਆ ਜਾਂਦਾ ਕਿ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਿ ਇਹ ਸੱਜਣਾ ਆਪਣੇ ਮਨ ਨੂੰ ਹਾਲੀ ਵਰਗਾ ਉੱਦਮੀ ਬਣਾ ਤੇਰਾ ਉੱਚਾ ਸੁੱਚਾ ਜੀਵਨ ਉਸ ਕਿਰਸਾਨ ਦੀ ਤਰ੍ਹਾਂ ਹੋਵੇ ਗੁਰੂ ਨਾਨਕ ਦੇਵ ਮਹਾਰਾਜ ਜੇਕਰ ਵੈਦ ਨੂੰ ਸੰਬੋਧਨ ਕਰਦੇ ਨੇ ਅਤੇ ਵੈਦ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਸੱਜਣਾ ਲੋਕਾਂ ਦੀਆਂ ਨਬਜ਼ਾਂ 'ਤੇ ਪਛਾਣ ਕੇ ਦਵਾ ਦੇਣਾ ਹੈ ਸਭ ਤੋਂ ਪਹਿਲੋਂ ਆਪਣੇ ਹਿਰਦੇ ਦੀ ਨਬਜ਼ ਜਿਹੜੀ ਹੈ ਉਹ ਪਹਿਚਾਣ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਸਮੇਂ ਨੂੰ ਬੰਨ ਦੇਣਾ ਭਾਵ ਇਹ ਹੁੰਦਾ ਵੀ ਜਦੋਂ ਕੀਰਤਨ ਸੁਣਦੇ ਸੀ ਤਾਂ ਉਹਨਾਂ ਦਾ ਸਮੇਂ ਵੱਲ ਖਿਆਲ ਹੀ ਨਹੀਂ ਸੀ ਹੁੰਦਾ ਵੀ ਸਮਾਂ ਕੀ ਹੋ ਗਿਆ ਕਿੰਨੇ ਘੰਟੇ ਅਤੇ ਕਿੰਨੇ ਪਹਿਰ ਕੀਰਤਨ ਹੋ ਗਿਆ ਗੁਰਬਾਣੀ ਕਿਹਾ ਹੀ ਉਸਨੂੰ ਜਾਂਦਾ ਹੈ ਜਦੋਂ ਇਨਸਾਨ ਸਮੇਂ ਦੇ ਵਿੱਚੋਂ ਨਿਕਲ ਜੇ ਅਤੇ ਭਗਤੀ ਸੇਵਾ ਅਤੇ ਸਿਮਰਨ ਸ਼ੁਰੂ ਹੀ ਉਸ ਵਕਤ ਹੁੰਦਾ ਹੈ ਜਦੋਂ ਇਨਸਾਨ ਸਮੇਂ ਦੀ ਕੈਦ ਦੇ ਵਿੱਚੋਂ ਨਿਕਲ ਜੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਆਹ ਸਾਡੇ ਪੜਦਾਦਾ ਜੀ ਦਾ ਕੂੰਡਾ ਵਾ ਕੂੰਡਾ ਕਿਹਾ ਜਾਂਦਾ ਉਹ ਤਾਂ ਇਹਨੂੰ ਨਿਹੰਗ ਸਿੰਘ ਕਹਿੰਦੇ ਸੁਨਹਿਰਾ ਜਿਹਦੇ ਵਿੱਚ ਸਰਦਾਰੀ ਰਗੜੀ ਦੀ ਆ ਉਸ ਵੇਲੇ ਰਗੜੀ ਦੀ ਆ ਜਿਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੋਵੇ ਜੇਕਰ ਇਸ ਬਰਤਨ ਦੇ ਵਿੱਚ ਦਾਲ ਭਾਜੀ ਬਣ ਕੇ ਛਕੀ ਜਾਵੇ ਇੱਕ ਲੋਹਾ ਸਭ ਸਰੀਰ ਨੂੰ ਮਿਲਦਾ ਇੱਕ ਤਾਕਤ ਬੜੀ ਸੋਹਣੀ ਮਿਲਦੀ ਆ ਹੁਣ ਜਦੋਂ ਨਿਹੰਗ ਸਿੰਘ 'ਚ ਤਿਆਰ ਕਰਦੇ ਆ ਅਤੇ ਜਿਹੜੇ ਸਾਡੇ ਵਰਗੇ ਸ਼ੌਕੀਨ ਆ ਕੀ ਕਹਿ ਦਿੰਦੇ ਆ ਬਾਬਿਆਂ ਦੀ ਕਾਲੀ ਦਾਲ ਕੀ ਖਾਣੀ ਆ ਪਰ ਰੰਗ ਤਾਂ ਤੇ ਕਾਲਾ ਹੋਵੇ ਤੇਰੇ ਘਰ ਦੇ ਵਿੱਚ ਮੋਤੀ ਲੱਗੇ ਹੋਣ ਤੇਰੇ ਘਰ ਦੇ ਵਿੱਚ ਚੰਦਨ ਵਰਗੀ ਕੀਮਤੀ ਲੱਕੜੀ ਦਾ ਫਰਨੀਚਰ ਹੋਵੇ ਪਰ ਖਿਆਲ ਕਰੀ ਇਹਨਾਂ ਸਹੂਲਤਾਂ ਨੂੰ ਪਾ ਕੇ ਅਹੰਕਾਰ ਵਿੱਚ ਨਾ ਚਲਾ ਜਾਈ ਵੀ ਚੰਦਨ ਵਰਗੀ ਕੀਮਤੀ ਲੱਕੜੀ ਮੈਂ ਖਰੀਦ ਕੇ ਲਿਆਇਆ ਕਿਉਂ ਕਿਉਂਕਿ ਜੇਕਰ ਤੇਰੇ ਮਨ ਦੇ ਵਿੱਚ ਅਹੰਕਾਰ ਆ ਗਿਆ ਤੇ ਹਰ ਜੀ ਉਹ ਅਹੰਕਾਰ ਨਾ ਭਾਵੇ ਮੇਰੇ ਵਾਹਿਗੁਰੂ ਜੀ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇਡਨਾ ਕੋ I look at every Shabad as a love letter, and it's a very personal journey. It's a love letter to me. And I savor it and I read it over and over again. That's what you do when it is a love letter. And you imagine what is written, you visualize, it becomes a part of you. I'm privileged that we have this entire beautiful Guru Granth Sahib, which has these revelations for us to experience. It's just a very personal journey.